ਕਿੰਨੇ ਦਿਨਾਂ 'ਚ ਭਰੂ ਬਾਈ ਖੂਹ ਜਾ ਇਹ ਕਿੰਨੇ ਦਿਨਾਂ 'ਚ ਭਰੂ ਖੂਹ ਜਾ ਇਹ ਬਸ ਬਾਈ ਕੱਲ ਨੂੰ ਭਰ ਦਾਂਗੇ ਭਰੇ ਜਾਓ ਕੱਲ ਨੂੰ ਆਵਾਂ ਮੈਂ ਥੱਲੇ ਛਾਲ ਮਾਰ ਕੇ ਸੱਟ ਵੀ ਨਾ ਬੱਜੇ ਯਾਰ ਓਏ ਕੱਲ ਨੂੰ ਬੰਦਾ ਆਪਾਂ ਇੱਕ ਹੋਰ ਲੈ ਲੈਣਾ ਨਾਲ ਲੇਬਰ ਵਾਲਾ ਕਿਉਂਕਿ ਆਪਣਾ ਉਧਰਲਾ ਖੂਹ ਵੀ ਨਾਲ ਫਿਰ ਭਰ ਲੈਣਾ ਫਿਰ ਜੇ ਆਪਾਂ ਕੱਲ ਨੂੰ ਆਹ ਕੰਪਲੀਟ ਕਰਨੇ ਆ ਫਿਰ ਹੋਰ ਰਹਿ ਜਾਊਗਾ ਕੱਲ ਨੂੰ ਇੱਕ ਬੰਦਾ ਵਧਾ ਲਾਂਗੇ ਨਾਲ ਹੀ ਉਹ ਤੇਰੀ ਢੇਰੀ ਉਹ ਖਤਮ ਹੋਈ ਜਾਵੇ ਹੋਰ ਬਾਈ ਠੀਕ ਹੈ ਨਾ ਜੀ ਤੇ ਫਿਰ ਦੋ ਇੱਧਰ ਲੱਗ ਜਾਵਾਂਗੇ ਇੱਕ ਬੰਦਾ ਉੱਧਰ ਛੱਡ ਦਾਂਗੇ ਆਈ ਕਰਾਂਗੇ ਕਿਉਂ ਕਹਿੰਦੀ ਜੀ ਠੀਕ ਆ ਬਾਈ ਸਿਰਾ ਗੱਲਬਾਤ ਆ ਆ ਬਾਂਸੀ ਜੀ ਨਾਲ ਦੁਰਮਠੌਲਾ ਹੋ ਗਿਆ ਹਨਾ ਚਲੋ ਜੀ ਗੰਨੀ ਵਰਗੇ ਚੱਕੀ ਜਾਂਦੇ ਆ ਫੱਟੇ ਹੁਣ ਕਹਿੰਦੇ ਖੂਹ ਜਾ ਭਰ ਕੇ ਛੱਡਾਂਗੇ ਆ ਲਫਾਫੇ ਜੇ ਬੜਿਆ ਆ ਬਾਈ ਵਿੱਚ ਹਨਾ ਇਹ ਤਾਂ ਬਰੇ ਨਹੀਂ ਹੁੰਦੇ ਪਹਿਲਾਂ ਪਰਤਾਂ ਪਰਤਾਂ ਪਾਈ ਜਾਂਦੇ ਸੀ ਨਾ ਪੁਰਾਣੀ ਹਾਂ ਕੱਢਾਂਗੇ ਬਾਈ ਲਫਾਫੇ ਨੂੰ ਯਾਰ ਖਰਾਬ ਕਰ ਦਿੰਦੇ ਲਫਾਫੇ ਕਿੰਨਾ ਕਿੰਨਾ ਪਾਣੀ ਛੱਡੀ ਬਾਈ ਇਹਦੇ ਚ ਪਾਣੀ ਬਸ ਟਾਈਮ ਦੇਖ ਕੇ 5 ਮਿੰਟ ਚਲਾ ਦੇਂਗੇ ਵਾਧੂ ਪੰਜ ਮਿੰਟ ਬਹੁਤ ਆਉਣਾ ਇੱਕ ਵਾਰੀ ਹੋਰ ਰਹਿੰਦਾ ਬਾਈ ਕੁੱਟਣ ਵਾਲਾ ਹਨਾ ਇੱਧਰ ਹਾਂ ਬਾਈ ਇੱਕ ਵਾਰੀ ਹੋਰ ਤੇ ਲਓ ਜੀ ਫਿਰ ਕੱਲ੍ਹ ਤੱਕ ਆਪਣਾ ਖੂਹ ਭਰਿਆ ਜਾਊਗਾ ਅਤੇ ਅੱਜ ਦਾ ਐਪੀਸੋਡ ਆਪਣਾ ਖੂਹ ਨਾਲ ਹੀ ਆ ਅਤੇ ਬਾਕੀ ਗਿਆਨੀ ਨਾਲ ਇਹਦੇ ਨਾਲ ਹਨਾ ਵੀ ਗਿਆਨੀ ਅਤੇ ਆਹ ਮਿੱਟੀ ਦਾ ਢੇਰ ਜਿਹਾ ਵੀ ਬਸ ਥੋੜ੍ਹਾ ਜਿਹਾ ਰਹਿ ਗਿਆ ਆਹ ਜਿਹੜੀ ਆਹ ਮਿੱਟੀ ਪਈ ਆ ਇਹ ਵੀ ਪਾ ਦਾਂਗੇ ਬਾਈ ਯਾਰ ਜ਼ੁਕਾਮ ਜਿਹੇ ਵਾਲਾ ਕੰਮ ਹੋਇਆ ਪਿਆ ਬਾਈ ਅੱਜ ਤਾਂ ਆਮ ਵਾਲਾ ਵੀਰੇ ਆਪਾਂ ਨੂੰ ਜਦੋਂ ਮੁੜਕਾ ਆਉਂਦਾ ਹਾਂ ਇੱਕੇ ਦਮ ਆਪਾਂ ਬਾਹਰ ਨਿਕਲਦੇ ਹਵਾ ਵੱਜਦੀ ਆ ਤੇ ਕੁਛ ਆਪਾਂ ਪਾਣੀ ਪੀ ਲੈਂਦੇ ਹਾਂ ਉੱਤੋਂ ਦੀ ਜਦੋਂ ਥੋੜਾ ਜਿਹਾ ਆਪਣਾ ਮਨ ਕਿ ਚਲੋ ਵੀ ਮੁੜਕਾ ਘਟਦਾ ਗਾ ਜਾਂ ਆਪਣੀ ਮਨ ਲਾ ਸਾਹ ਜਾਂ ਸੌਖਾ ਹੋਣ ਲੱਗਿਆ ਤਾਂ ਦਮ ਲੈ ਕੇ ਪਾਣੀ ਪੀਣਾ ਚਾਹੀਦਾ ਹਾਂ ਕਈ ਵਾਰੀ ਆਪਾਂ ਇੱਕੇ ਦਮ ਭੱਖੇ ਦੇ ਪਾਣੀ ਪੀ ਲੈਂਦੇ ਅੱਜ ਮੈਂ ਆਈ ਬਾਈ ਯਾਰ ਕਹੀ ਦਾ ਕੰਮ ਕਰਦਾ ਕਰਦਾ ਪਾਣੀ ਪੀ ਗਿਆ ਉਸ ਮੌਸਮ ਦਾ ਫਰਕ ਪੈ ਜਾਂਦਾ ਤੜਕੇ ਹੱਥ ਨੇ ਦੁਪਹਿਰੇ ਥੋੜ੍ਹੀ ਜਿਹੀ ਗਰਮੈਸ਼ ਹੁੰਦੀ ਆ ਠੰਡ ਹੋਣ ਲੱਗ ਗਈ ਹੁਣ ਤਾਂ ਜਿਵੇਂ ਕੋਈ ਮਸ਼ੀਨਰੀ ਬਾਹਰ ਖੜੀ ਹੁੰਦੀ ਉੱਤੇ ਤਰੇਲ ਪੈ ਜਾਂਦੀ ਆ ਦੁਰਮਟ ਨਾਲ ਬਾਈ ਐਕਸਰਸਾਈਜ਼ ਵੀ ਬਹੁਤ ਹੁੰਦੀ ਹੈ ਨਾਲ ਨਾਲ ਹਨਾ ਹਾਂ ਵੀਰੇ ਹਾਂ ਬੰਦੇ ਦੇ ਰੋਮ ਖੁੱਲ ਜਾਂਦੇ ਆ ਮੜਕਾ ਆਉਂਦਾ ਰਹਿੰਦਾ ਜਿਮ ਵਾਲਾ ਕੰਮ ਹੀ ਹੈ ਵੀ ਹਨਾ ਬਾਈ ਹਾਂ ਇਹਦੇ ਨਾਲ ਬਿਮਾਰੀ ਠਮਾਰੀ ਨਹੀਂ ਲੱਗਦੀ ਬਾਈ ਕੋਈ ਰੋਮ ਖੁੱਲਣ ਨਾਲ ਜਿੰਨਾ ਪਸੀਨਾ ਆਉਣਾ ਤਾਂ ਬੰਦੇ ਨੂੰ ਨਾ ਚੰਗਾ ਜਿੰਨਾ ਗੰਦਾ ਮੰਦਾ ਆਪਣੇ ਹਮਾ ਵਿੱਚ ਸਰੀਰ ਦੇ ਵਿੱਚ ਗੰਦੀ ਗੈਸ ਮੁੜ ਕੇ ਰਹੀ ਨਿਕਲਦੀ ਹਾਂ ਸਹੀ ਹੈ ਗੱਲ ਬਹੁਤ ਉਮਰਾਂ ਸੀ ਬਈ ਪਹਿਲਾਂ ਸੌ ਸੌ ਸਾਲ ਦਾ ਤੁਰਦੇ ਸੀ ਬਈ ਹਾਂ ਜਾਂ ਗੱਡਾ ਮਗਰ ਤੁਰੇ ਜਾਣਾ ਹਾਂ ਬੁੜੀਆਂ ਨੇ ਰੋਟੀ ਲੱਗੇ ਜਾਣਾ ਮਗਰ ਉਹਨਾਂ ਦੀ ਵਰਜਿਸ ਸੀਗੀ ਅੱਛਾ ਵਰਜਿਸ ਕਰਨ ਦੇ ਨਾਲ ਬੰਦੇ ਦੀ ਜਿਹੜੀ ਖੁਰਾਕ ਆ ਵੱਧਦੀ ਆ ਤੇ ਹਾਜ਼ਮੇ ਹੁੰਦੀ ਆ ਆਹੀ ਕਾਰਨ ਆ ਬਈ ਯਾਰ ਤਾਂ ਹੀ ਬਿਮਾਰੀਆਂ ਲੱਗਦੀਆਂ ਅੱਜ ਕੱਲ੍ਹ ਹੁਣ ਤਾਂ ਬਈ ਖੜੇ ਵੀ ਦਿਸਣ ਲੱਗ ਗਏ ਆਪਾਂ ਬਾਹਰੋਂ ਟੋਏ 'ਚ ਹਾਂ ਵੀਰੇ ਹਾਂ ਹਾਂ ਤਾਂ ਜੇ ਆਪਾਂ ਕੋਈ ਬਾਹਰ ਬੰਦਾ ਖੜਾ ਹੋਵੇ ਉਹਨੂੰ ਐਂ ਖੜਾ ਕਰਕੇ ਵੀ ਦੱਸ ਸਕਦੇ ਹਾਂ
ਮਿਲਦੇ ਹਾਂ ਜੀ ਹੁਣ ਆਪਾਂ ਅਗਲੇ ਐਪੀਸੋਡ 'ਚ, ਅਤੇ ਬਸ ਖੂਹ 'ਤੇ ਲੱਗੇ ਪਏ ਹਾਂ ਸਵੇਰ ਦੇ ਨਾਲ, ਮੈਂ ਵੀ ਸੀ ਅੱਜ ਤਾਂ, ਅਤੇ ਕੱਲ੍ਹ ਤੱਕ ਸਾਰਾ ਖੂਹ ਭਰਿਆ ਜਾਊ, ਫਿਰ ਆਪਾਂ ਮਿਸਤਰੀ ਨੂੰ ਬੁਲਾਉਂਦੇ ਹਾਂ, ਦਿਖਾਉਂਦੇ ਹਾਂ ਉਹਨੂੰ ਵੀ ਭਾਈ ਦੇਖ ਲਾ ਹੁਣ ਖੂਹ ਭਰਤਾ ਆਪਾਂ, ਅਤੇ ਦੱਸੋ ਤੂੰ ਜੇ ਕੋਈ ਘੱਟ ਰਹਿੰਦੀ ਹੈ ਤਾਂ ਤੂੰ ਦੱਸ ਦੇ, ਹੈ ਨਾ ਬਾਈ? ਹਾਂਜੀ ਹਾਂਜੀ, ਓਕੇ ਜੀ, ਬਾਏ।